ਅਸਲਾਮ ਵਾਲੇਕੁਮ, ਮੈਂ ਖੁਬੈਬਰ ਰਹਿਮਾਨ, ਤੁਸੀਂ ਦੇਖਦੇ ਪਏ ਮੇਰਾ YouTube ਚੈਨਲ ਖੁਬੈਬਰ ਰਹਿਮਾਨ ਸੂਫੀ। ਕੱਲ੍ਹ ਮੈਂ ਕੋਲ ਲੱਗਦਾ ਰੂਟਰ ਮਾਰਨ ਗਿਆ ਸੀ ਨਾ, ਤਾਂ ਇੱਥੋਂ ਕੋਈ ਨੁਕਸਾਨ ਕਰ ਰਿਹਾ। ਨੁਕਸਾਨ ਤਾਂ ਖੈਰ ਨਹੀਂ, ਇੱਥੋਂ ਨੱਟ ਡਹਿ ਗਿਆ ਸੀ, ਹੁਣ ਜੁਗਾੜ ਲੈਂਦਾ ਖੜਾ। ਚੌਕ ਤੇ ਗਹਿ ਕਹਿੰਦੇ ਸੀ ਨਾ ਹੀ ਕੋਈ ਸੈਟਿੰਗ ਕਰੂੰਗਾ, ਦੇਖੀ ਸਹੀ ਉਹ ਨਾ ਨਿਕਲ ਵਜੇ ਜਾਂ ਚੂੜੀਆਂ ਛੂੜੀਆਂ ਨਾ ਮਾਰਿਆ ਵਜਣ। ਬਿਹਤਰ ਇਹ ਆਈ ਵੀ ਅਸਾਂ ਸ਼ਹਿਰ ਹੋਈ ਦਾ ਨੱਟ ਗਿਣਨਾ ਹੁਆ ਨਾ, ਜਿਹੜਾ ਜੈਨੂਅਨ ਹੈ ਉਹ ਲਾਊ ਹਾਂ। ਚਲੋ ਖੈਰ, ਅੱਜ ਰੂਟਰ ਮਾਰਨਾ ਹੀ ਵਜੇ ਤੂੰ ਇਹ ਜੁਗਾੜ ਲਾਉਣਾ ਲਾਜ਼ਮੀ ਹੈ। ਅਤੇ ਉੱਥੋਂ ਸਰੋਂ ਦਾ ਨਾ ਗੱਟੂ ਜੀ ਥੋੜ੍ਹਾ ਸੈਂਪਲ ਕੱਢ ਕੇ ਨੋ, ਜ਼ਕਾ ਹੋਣੀ ਕੁੜੀ ਖਾ ਕੇ ਰੇਟ ਗਿਣੋ, ਕਿਆ ਰੇਟ ਲੈਂਦੇ ਨੇ। ਬਿਹਤਰ ਤਾਂ ਇੱਥੇ ਹੀ ਵੇਖੋ ਜੇ ਮੰਡੀ ਵਾਲੀ ਉਹ ਜਿਹੜੀ ਹੈ ਨਾ ਕਿਰਾਏ ਸ਼ਿਰਾਏ ਤੋਂ ਬਚ ਹੋਏ ਸੂੰ। ਹਾਂ ਉਹ ਸੈਂਪਲ ਉਹਨਾਂ ਕੁੜੀ ਖਾਣੇ ਅਤੇ ਬੀਆ ਸਾਰੇ ਕੋਲ ਦੋਸਤ ਆਉਂਦੇ ਪੈਣ, ਮਨਕੇਰੇ ਜੋ ਫੈਨਸ ਹਨ ਮਿਲਣ ਆਉਂਦੇ ਪੈਣ। ਰਾਬਤਾ ਥੈ ਥੋੜ੍ਹੀ ਦੇਰ ਪਹਿਲੇ ਉਹਨਾਂ ਆਖਿਆ ਸਾਂ ਚੌਕ ਆਜ਼ਮ ਤਕਰੀਬਨ ਕ੍ਰਾਸ ਕੀਤੀਆਂ ਨੇ, ਘੰਟੇ 24 ਪਹੁੰਚਾਉਂਦੇ ਨੇ ਉਤਨੀ ਦੇਰ 'ਚ ਅਸਾਂ ਇਹ ਸੈਂਪਲ ਸੈਂਪਲ ਲਿਖਾ ਕੇ ਹਿੰਦੇ ਹਾਂ, ਰੂਟਰ ਕੋ ਰੈਡੀ ਕਰ ਦਿੰਦੇ ਹਾਂ, ਉਹਨਾਂ ਕੋ ਮਿਲ ਕੇ ਅਤੇ ਵੱਧ ਨਿਕਲ ਸੋ ਇਨਸ਼ਾਅੱਲਾ। ਜਿਨ੍ਹਾਂ ਦੋਸਤ ਨੇ ਹਾਲ ਤੱਕ ਸਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜਲਦੀ ਮਾਰੋ ਸਬਸਕ੍ਰਾਈਬ ਅਤੇ ਵੱਲ ਸ਼ੁਰੂ ਕਰਾਂਦੇ ਪਏ ਅੱਜ ਦੀ ਮਜ਼ੇਦਾਰ ਵੀਡੀਓ। ਪੁੱਤਰ ਉੱਠੀ ਵਾਂ, ਇੱਥੇ ਦਰਵਾਜ਼ੇ ਨਹੀਂ ਪੈਂਦਾ, ਉੱਠੀ ਉੱਠੀ ਉਹਦੇ ਸਾਈਡ 'ਤੇ ਥੀ, ਚੱਲ ਉੱਥਾਂ ਚੱਲ ਉੱਥਾਂ ਥੀ ਬਏ, ਇੱਥਾਂ ਬਸ ਕੱਢ ਲੈ ਸੈਂਪਲ। ਹਰਨਾ ਨਹੀਂ ਸ਼ਾਹ ਪਰ 10 ਕਿਲੋ ਵਾਲਾ ਸ਼ਾਹ ਪਰ ਬਾਹਰ ਨਾ ਦੇ ਪਾਈ ਆ ਬੜਾ ਇਹ ਜ਼ਿਆਦਾ ਅੱਲਾ ਦਾ ਪਤਾ ਕਿਲੋ ਏ ਕਿਲੋ ਦਾ ਪੈਸਾ ਗਿਆ ਨਹੀਂ ਯਾਰ, ਸੈਂਪਲ ਦੇ ਪੈਸੇ ਕਹਿ ਨਹੀਂ ਆਉਂਦੇ, ਐਸਾ ਹੀ ਤਾਂ ਕੰਮ ਕਰਦੇ ਰਹਿ ਗਏ, ਸੈਂਪਲ ਜਮਾ ਥੀ ਬਣਾ ਦੇ ਬਾ ਇਤਨਾ ਬੜਾ। ਚੱਲ ਬਈ ਕਰ ਸਟਾਰਟ, ਵੀਵਰ ਸੈਂਪਲ ਚਾਹ ਕਿਤੇ ਸੇ ਇਹ ਲਿਖੇ ਕਾ ਬਾਈ ਕੋ ਰੇਟ ਦਾ ਪਤਾ ਕਰੇ ਨੇ ਵੀ ਕਿਆ ਰੇਟ ਦੇ ਨੇ, ਤੇ ਤੁਸੀਂ ਵੀ ਕਮੈਂਟ ਕਰਨਾ ਕਿ ਤੁਹਾਡੇ ਕੋਲ ਇਹ ਸਰੋਂ ਦਾ ਕਿਆ ਰੇਟ ਹੈ ਰਾਏ ਦਾ। ਜ਼ਕਾ ਚੰਗਾ ਰੇਟ ਨਾ ਦਿੱਤਾ ਨਾ ਇਹਦੀ ਠੀਆ ਪਟਣਾ ਦਾ ਆਪਣਾ ਨੁਕਸਾਨ ਹੈ, ਆਪਣਾ ਠੀਆ ਪਟਾਉਣਾ ਲਈ ਗਾਲ ਹੈ, ਇਹ ਗਾਲ ਹੈ ਮੈਂ ਸੋਚੀ ਕਾ ਨਹੀਂ। ਸਲਾਮ ਸਰ, ਸਲਾਮੀ ਤੇ ਇਹ ਸੈਂਪਲ ਹੀ ਮੁਜ਼ਮਲ ਮੁਜ਼ਮਲ ਦੇ ਡੰਦ ਥੱਲੇ ਡੇ ਕੇ ਡੇ ਗਿਨੋ, ਕੜਕ ਕਰਕੇ ਦੇ ਕੜਾਕੇ ਦੀ ਆਵਾਜ਼। ਠੀਕ ਹੈ ਵਾਲੇ, ਹੁਣ ਰਕਸ਼ਾ ਲਾਉ ਥਾਉ ਚਾ ਗਿਨ ਸੀ ਜਾਂ ਸਾਂ ਪਹੁੰਚਾਉ ਇਥਾਂ ਜੀ ਹੁਕਮ ਕਰਦਾ ਆਉ ਮੈਂ ਉਥੇ ਹੀ ਬਿਜਾ ਸਾਂ ਚਾ ਗਿਨ ਦੇ। ਓਕੇ ਹਾਲ ਨਹੀਂ ਵੇਜ ਵੇ ਉਡੂ ਚਾ ਗਿਨ ਸੀ ਚਵਾ ਗਿਨਾ ਹੈ ਮੈਂ। ਮਹਿਮਾਨ ਸਾਡੇ ਤਕਰੀਬਨ ਘਰ ਪਹੁੰਚੇ ਵਾ, ਤੈਨੂੰ ਉਹਨਾਂ ਦੀ ਕਾਹ ਲਈਏ ਵੀ ਨਾਲ ਆਏ ਖੜੇ ਆ ਨਹਿਰ ਤੇ ਤੁਸਾਂ ਕਿੱਥਾਂ ਹੀ ਫਸੋਂ ਵਾਪਸ ਪੱਲੇ ਬੈਨੇ। ਮੈਂ ਕੋਈ ਲੱਗਦਾ ਜਵਾਨ ਉਹ ਸਾਹਮਣੇ ਕਾਰ ਤੇ ਗਏ ਖੜੇ, ਹਾਲਾਂਕਿ ਬ੍ਰੇਕ ਇੱਥੇ ਲਾਉਣੇ ਨੇ, ਵੀਡੀਓ ਦੇ ਤੇ ਉਹਨਾਂ ਕੋ ਸਮਝ ਨਹੀਂ ਆਈ ਨਾ ਵੀ ਇਡੂ ਘਰ ਖੜਾ ਤੀਆ, ਦੇਖੀ ਉਹਨਾਂ ਕੋ ਰੋਕ ਕੀ ਰਹੀ ਹੈ। ਮਾਸ਼ਾਅੱਲਾ ਸਹੀ ਦੋਸਤ ਪਹੁੰਚ ਆਏ ਨੇ, ਇਹਨਾਂ ਨਾਲ ਗੱਪ ਸ਼ੱਪ ਲਾਈ ਰੱਖੀ ਸੀ, ਇਹ ਪਹਿਲੇ ਰਸਤਾ ਬੋਲ ਗਿਆ ਅੱਗਾਂ ਲੱਗੇ ਕਿ ਵੱਲ ਬਾਬਾ ਜੀ ਐਨ ਤੋੜੀ ਮੈਂ ਸਮਝੋ ਪੁਛਾ ਗਏ, ਹੁਣ ਵਾਪਸ ਪਿੱਛੋਂ ਆ ਹੀ ਗਏ ਤੇ ਮਾਸ਼ਾਅੱਲਾ ਆਪਣਾ ਕਿਆ ਇਸਮੇ ਮੁਬਾਰਕ ਦਸਾਇਆ ਵੇ। ਮੁਹੰਮਦ ਰਿਜ਼ਵਾਨ ਤੁਹਾਡਾ ਬੱਕਰ ਮਨਕੇਰੇ ਤੋਂ ਆਏ ਵਧਣ ਤੇ ਬੜਾ ਅੱਛਾ ਲੱਗਿਆ ਇਹਨਾਂ ਨਾਲ ਮਿਲ ਕੇ, ਥੈਂਕ ਯੂ। ਠੀਕ ਗਿਆ ਕੋਈ ਵੀ ਆ ਮੇਰੇ ਲਈ ਹੁਕਮ ਹੈ ਤੇ ਦੱਸੋ, ਸ਼ੁਕਰੀਆ, ਸਲਾਮਤ ਰਹੋ, ਓਕੇ ਜੀ, ਅੱਲਾ ਹਾਫਿਜ਼। ਮਾਸ਼ਾਅੱਲਾ ਕਿੱਡੇ ਵੰਦਾ ਪਏ, ਸ਼ੇਰ ਸੁਣਨਾ ਆਈ ਤੇਰੇ ਕੋਲ ਅਸਾਂ। ਮਾਸ਼ਾਅੱਲਾ ਸਹੀ ਦੋਸਤ ਗਾਡੀ 'ਚ ਬਹਿ ਗਏ ਵਹਿੰਦੇ ਪੈਣ, ਸਾਰੇ ਵਾਸਤੇ ਕੋਈ ਫਰੂਟਸ ਹਨ ਮਿਠਾਈ ਹੈ
ਮਾਸ਼ਾਅੱਲਾ ਖਾਓ ਬਈ। ਬਾਬਾ ਜੀ ਟੈਨਸ਼ਨ ਫਰੀ ਥੀ ਕੇ ਕਹਿ ਨਹੀਂ ਉੱਤੇ ਦਮ ਥਈ ਹੋਈ। ਮਾਸ਼ਾਅੱਲਾ ਸਹੀ ਵਿਵਰਸ ਖਾਂਦੇ ਹੋ ਤਾਂ ਉਹ ਸਤ ਬਿਸਮਿਲਾ ਬੱਖਰ ਦੀ ਮਿਠਾਈ ਉਹ ਤਾਂ ਮੈਂ ਖਾਂਦਾ ਕਹਿ ਨਹੀਂ ਸ਼ੂਗਰ ਦਾ ਮਰੀਜ਼ ਹਾਂ। ਮਿਠਾਈ ਖਾ ਰਹੇ ਹਾਂ ਜੀ ਤੇ ਗੱਲਾਂ ਵਿੱਚ ਗੱਲ ਯਾਦ ਆ ਗਈ ਕਿ ਦੁਨੀਆਂ ਦੇ ਨਾ ਮੁਸ਼ਕਿਲ ਕੰਮਾਂ ਵਿੱਚੋਂ ਇੱਕ ਮੁਸ਼ਕਿਲ ਕੰਮ ਇਹ ਵੇ ਕੇ ਮਿਠਾਈ ਦਾ ਡੱਬਾ ਐਵੇਂ ਖੋਲ੍ਹ ਕੇ ਕੋਈ ਅੱਗੇ ਕਰੇ ਨਾ ਵੀ ਇੱਕ ਚਾਲ ਹੈ ਉਹ ਸਿਲੈਕਟ ਕਰਨਾ ਵੀ ਕਿਹੜਾ ਚਾਲ। ਫਾਈਨਲੀ ਵਿਵਰਸ ਗੈਸਟ ਲੱਗੇ ਗਏ ਕਾਫੀ ਦੇਰ ਬੈਠੇ ਹਾਂ ਗੱਪ ਸ਼ੱਪ ਲਾਈ ਰੱਖੀ ਸੀ ਮੁਲੇਰ ਮੇਰਾ ਆਇਆ ਹੋਇਆ ਇਹਦੇ ਨਾਲ ਗੱਪ ਲਾਈ ਸੀ ਹੁਣ ਅਸਾਂ ਸੂਫੀ ਬਾਈ ਲੰਘ ਗਿਆ ਰਕਬੇ ਤੇ ਟਰੈਕਟਰ ਛਿੱਕ ਕੇ ਅਸਾਂ ਹੀ ਵਹਿੰਦੇ ਪਏ ਉਦੇ ਹੀ ਰਕਬੇ ਤੇ। ਕਜ਼ਨ ਤੂੰ ਵੀ ਆ ਮਾਮਿਆਂ ਸ਼ਾਮਿਆਂ ਕੋ ਮਿਲ ਗਏ ਮੁਲੇਰਾਂ ਮਿਲ ਗਏ ਵਾਪਸੀ ਆਉਂਦੇ ਪਏ ਵਾਦੀ ਥੀ ਗੱਪ ਲੈਣੇ ਓਕੇ ਫਿਲਹਾਲ ਜਗਾ ਬਾਈ ਕੋਲ ਉਹਨਾਂ ਆਖਿਆ ਵੀ ਮੇਰੇ ਕੋਲ ਚੱਕਰ ਲਾਈ ਵਜਾ ਹੈ ਪਤਾ ਨੀ ਉਹਨਾਂ ਕੋਲ ਕਿਆ ਕੰਮ ਵੱਲ ਅਸਾਂ ਕੋਲ ਠੀਕ ਹੈ ਮੁਰੱਬੇ ਵੈਸੇ ਓਕੇ ਬਾਬਾ ਜੀ ਵੈਲਕਮ ਬੈਕ ਵਿਊਅਰਸ ਜ਼ਕਾ ਕੋਲ ਠੀਕ ਹੈ ਆ ਗਿਆ ਸੀ ਆਪਣੇ ਰਕਬੇ ਤੇ ਰਕਬਾ ਸਾਰਾ ਉਲੂ ਦੀ ਉਹਨ ਚੱਕਰ ਲਾ ਹੈ ਤਾਂ ਕੱਲ੍ਹ ਸੂਫੀ ਬਾਈ ਰੂਟਰ ਮਾਰ ਗਏ ਇਹਦੇ ਵਿੱਚ ਇਨਸ਼ਾਅੱਲਾ ਤੀਲੀ ਕਾਸ਼ਤ ਕਰਦੇ ਪਏ ਹੁਣ ਅੱਜ ਧੁੱਪ ਮਾਸ਼ਾਅੱਲਾ ਮਜ਼ੇਦਾਰ ਸੀ ਨਿਕਲੀ ਖੜੀ ਸੂਰਜ ਫੁੱਲ ਆਬੋਤਾਬ ਨਾਲ ਇਨਸ਼ਾਅੱਲਾ ਇੱਕ ਰੂੜੀ ਵਾਰ ਦੀ ਧੁੱਪ ਲੱਗ ਸੀ ਗੰਦਮ ਦੀ ਕਟਾਈ ਵੀ ਸ਼ੁਰੂ ਥੀ ਵੀ ਸੀ ਸਵੇਰੇ ਸੋਲਰ ਚਲਾ ਕੇ ਇਨਸ਼ਾਅੱਲਾ ਇਹਦੀ ਰੌਣੀ ਕਰੇ ਸੂੰ ਸੂਫੀ ਬਾਈ ਪਤਾ ਨਹੀਂ ਕਿਤੇ ਗਿਆ ਉਹਦਾ ਟਰੈਕਟਰ ਛਿੱਕ ਕੇ ਨਾਲ ਕਈ ਹਮਸਾਇਆ ਦਾ ਰੂਟਰ ਮਾਰਨਾ ਉਹ ਹਾਲੇ ਤੱਕ ਆਇਆ ਕਹਿ ਨਹੀਂ ਵਾਪਸ ਇੱਥਾਂ ਉਹ ਇੱਥੇ ਖੜਾ ਹੁੰਦਾ ਤਾਂ ਉਹਦੇ ਨਾਲ ਮੋਟਰ ਛਿੱਕ ਕੇ ਨਾ ਮੋਟਰ ਉਹ ਉੱਥੇ ਸਾਹਮਣੇ ਹਮਸਾਇਆ ਕੋਲ ਛਿੱਕ ਕੇ ਇੱਥੇ ਆਪਣੇ ਬੋਰ ਤੇ ਲਵਾਈ ਵਜੂ ਆ ਹਾਲੇ ਤੱਕ ਵਾਪਸ ਆਇਆ ਕਹਿ ਨਹੀਂ ਅਗਰ ਸਾਡੇ ਵੱਧੇ ਹੋਏ ਇੱਥਾਂ ਉਹ ਆ ਗਿਆ ਵਾਪਸ ਤਾਂ ਵੱਲ ਇਨਸ਼ਾਅੱਲਾ ਮੋਟਰ ਫਿੱਟ ਕਰਵਾਈ ਜੁਲਸ ਤਾਂ ਕਿ ਸਵੇਰੇ ਉਹ ਰੌਣੀ ਕਰੇ ਇੱਥੇ ਤੇਲ ਕਾਸ਼ਤ ਕਰੂੰ ਇਨਸ਼ਾਅੱਲਾ ਤੇਲ ਕਾਸ਼ਤ ਕਰਨੇ ਪਏ ਕੋਠੀ ਸਾਰੀ ਦੀ ਹਾਲਤ ਹੈ ਖਰਾਬ ਜਿਹੜੀ ਰਕਬੇ ਦੇ ਵਿੱਚ ਹੈ ਸਾਡੀ ਛੱਤ ਲੀ ਕੇ ਇਨਸ਼ਾਅੱਲਾ ਹੀ ਮਰੀ ਕੋ ਬਣਵੇ ਸੂ ਹਰ ਹਾਲ ਹੀ ਬਣਵਾਉਣੀ ਕਣਕ ਦੇ ਗੋਦਾਮ ਇਨਸ਼ਾਅੱਲਾ ਅਸਲਾਮੁਅਲੈਕੁਮ ਭਾਈ ਬੋ 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 ਨਾ ਤਕਲੀਫ ਕੋ ਭਾਈ ਵਾਲੇਕੁਮ ਸਲਾਮ ਸ਼ਾਦੀ ਮੁਬਾਰਕ ਖੈਰ ਮੁਬਾਰਕ ਜਿਨ੍ਹਾਂ ਦੀ ਸ਼ਾਦੀ ਹੈ ਉਹਨਾਂ ਨੂੰ ਮੁਬਾਰਕ ਦੇ ਮੈਂ ਕੀ ਮੁਬਾਰਕ ਦੇਣਾ ਹੈ ਆ ਮੈਨੂੰ ਵੀ ਤੂੰ ਫੀਲਿੰਗ ਆਉਂਦੀ ਪਈ ਹੈ ਜਿਹੜੀ ਖਾ ਆਇਆ ਸ਼ਾਦੀ ਹੈ ਬਸ ਹਾਂ ਵਜੂ ਕੋਲ ਹੋਇਆ ਉਹਦਾ ਹੁਣੇ ਠੀਕ ਹੋ ਆ ਗਏ ਸਕੂਲ ਸੇ ਵਰਦੀ ਉਤਾਰ ਦੀ ਹੈ ਮਾਸ਼ਾਅੱਲਾ ਪੜ੍ਹ ਲਿਆ ਥਾ ਅੱਜ ਕਿਵੇਂ ਆਈ ਪਹਿਲੀ ਦੀਵਾਰ ਛੁੱਟੀਆਂ ਤੋਂ ਬਾਅਦ ਠੀਕ ਹੈ ਜੀ ਚਲੋ ਵੱਲ ਬਣ ਘਰ ਅੰਮੀ ਕੋਲ ਚਾਏ ਬਣਵਾ ਮਹਿਮਾਨਾਂ ਵਾਸਤੇ ਠੀਕ ਹੈ ਤਿੰਨ ਚਾਰ ਕੱਪ ਬਣਵਾਓ ਹੈ ਮੇਰੇ ਵਾਸਤੇ ਵੀ ਇੱਕ ਕੱਪ ਬਣਵਾ ਕੇ ਨਾ ਇਹ ਮੁਬਸ਼ਰ ਚਾਚੂ ਕੋਲ ਸਮਾਨ ਕਿੱਦੀ ਵਜੋ ਉਹ ਆਇਆ ਖੜਾ ਉਸ ਗਿੰਨਾ ਬਈ ਗਿੰਨਾ ਗਿੰਨਾ ਵੀ ਚਾਹੇ ਮੇਰੇ ਵਾਸਤੇ ਔਰ ਮੈਂ ਪਕੜਾ ਯਾਰ ਖੜੀ ਥੈਂਕ ਯੂ ਆਈ ਸਭ ਸਿੱਧੇ ਥੀ ਉਹ ਚਾਹ ਹਾਂ ਹਾਂ ਕੰਮ ਲਿਖ ਰਹੇ ਹੋ ਹੈਂ ਠੀਕ ਹੈ
ਇੱਡੀ ਆ ਕੇ ਐਂਡ ਕਰੋ ਵੀਡੀਓ ਉੱਥੋਂ ਕਰ ਲਏ ਨਾ ਚਲੋ ਤੇਰੀ ਮਰਜ਼ੀ ਦੀ ਗੱਲ ਹੈ ਅੱਛਾ ਅੰਮਾ ਕੋ ਮੇਰੀ ਰੋਟੀ ਤਾਂ ਆਖ ਰੋਟੀ ਤਾਂ ਕਹਿੰਦਾ ਵੇ ਹੈਂ ਇਹ ਹੁਣ ਲਾਲ ਕੁਟੀਂਦੇ ਪੈਣ ਨਿਮਕੋ ਦੇ ਵਾਸਤੇ ਸਿਰਫ ਇਹਨਾਂ ਦਾ ਨਿਮਕੋ ਵਾਸਤੇ ਲਾਲ ਕੁਟੀਂਦੇ ਪੈਣ ਸਿਰਫ ਹੈਂ ਨਿਮਕੋ ਵਾਸਤੇ ਹੈਲੋ ਨਿਮਕੋ ਵਾਸਤੇ ਲਾਲ ਕੁਟੀਂਦੇ ਪੈਣ ਅੱਜ ਦੀ ਵੀਡੀਓ ਤਾਂ ਇੱਥੇ ਐਂਡ ਕਰਨਾ ਮੈਂ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਆਦਮੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਨਵੇਂ ਵਲੌਗ ਵਿੱਚ ਅੱਲਾ ਹਾਫਿਜ਼